ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾੜੀ ਜੀਓ, ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਹੋ ਸਰਮ ਅਸਾੜੀ ਜੀਓ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਓ। ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ, ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਆਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਆਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟ ਸ਼ੁਕਰ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਦਰਸ਼ਨ ਦਾਰ ਬਖਸ਼ ਕੇ ਹਜ਼ੂਰ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਅਸੀਸ ਬਖਸ਼ੀ ਹੈ। ਇਹ ਅੰਮ੍ਰਿਤ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 630 ਦੇ ਉੱਤੇ ਅੰਕਿਤ ਹਨ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੋ ਨਾਹੀ।
ਰਹਾਉ ਦੀ ਭਗਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਸਾਚਾ ਸਾਹਿਬ ਸਾਡੇ ਜੀਵਨ ਦਾ ਦਾਤਾ, ਸਾਡੇ ਪ੍ਰਾਣਾਂ ਦਾ ਆਧਾਰ, ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਸਤਿਗੁਰੂ ਮਨ ਮੰਨਿਆ ਹੈ ਗੁਰੂ ਦੇ ਨਾਲ, ਤੇ ਸਾਰਾ ਕੁਛ ਹੀ ਗੁਰੂ ਸਿੱਖ ਦੀ ਝੋਲੀ ਵਿੱਚ ਪਾ ਦਿੰਦਾ ਹੈ। ਗੁਰੂ ਨਾਲ ਮਨ ਮਿਲ ਜਾਏ, ਮਨ ਮਿਲਣਾ ਹੀ ਹਰ ਚੀਜ਼ ਦੀ ਪ੍ਰਾਪਤੀ ਹੈ। ਸਤਿਗੁਰੂ ਕਹਿੰਦੇ ਨੇ ਮਨ ਜੀਤਾ ਹੈ ਜਗ ਜੀਤ, ਸਾਚੇ ਸਾਹਿਬ ਸਿਉਂ ਮਨ ਮਾਨਿਆ। ਮਨ ਪਤੀ ਪਤਨੀ ਦਾ ਆਪਸ ਵਿੱਚ ਨਾ ਭੇਜੇ ਤੇ ਜ਼ਿੰਦਗੀ ਨਹੀਂ ਬਣਦੀ। ਮਨ ਦੋ ਭਰਾਵਾਂ ਦਾ ਆਪਸ ਵਿੱਚ ਨਾ ਮਿਲੇ, ਭੈਣ ਭਰਾਵਾਂ ਦਾ ਨਾ ਮਿਲੇ, ਜ਼ਿੰਦਗੀ ਨਹੀਂ ਬਣਦੀ, ਖੁਸ਼ਹਾਲੀ ਘਰ ਵਿੱਚ ਨਹੀਂ ਆਉਂਦੀ। ਦੋ ਸੱਜਣ ਮਿਲਦੇ ਨੇ, ਦੋ ਬਿਜ਼ਨਸਮੈਨ ਆਪਸ ਵਿੱਚ ਕੁਛ ਬਿਜ਼ਨਸ ਸ਼ੇਅਰ ਕਰਦੇ ਨੇ, ਆਪਸ ਵਿੱਚ ਇੱਕ ਮਨ ਨਾ ਮਿਲੇ, ਕਦੇ ਵੀ ਧੋਖਾ ਹੋ ਜਾਂਦਾ ਹੈ, ਕਦੇ ਵੀ ਹੋ ਸਕਦਾ ਹੈ। ਸਿੱਖ ਦਾ ਗੁਰੂ ਦੇ ਨਾਲ ਮਨ ਨਾ ਮੰਨਿਆ, ਨਾ ਮਿਲਿਆ, ਤੇ ਉਹ ਆਨੰਦ, ਉਹ ਖੁਸ਼ੀ ਜੋ ਗੁਰੂ ਤੋਂ ਲੈਣੀ ਸੀ ਨਾ, ਉਹਦੇ ਤੋਂ ਵਾਂਝੇ ਰਹਿ ਜਾਂਦੀ। ਆਖੋ ਸਤਨਾਮ, ਫਿਰ ਵਾਂਝੇ ਰਹਿ ਜਾਈਦਾ ਹੈ, ਸੱਖਣੇ ਰਹਿ ਜਾਣਾ। ਇਸ ਕਰਕੇ ਸਤਿਗੁਰ ਦੀ ਬਾਣੀ ਨੇ ਇਹ ਕਿਹਾ ਹੈ, ਭਾਈ ਆਪਣੇ ਗੁਰੂ ਦੇ ਨਾਲ ਐਸਾ ਪਿਆਰ ਕਰੀਏ, ਐਸਾ ਪਿਆਰ ਜੋੜੀਏ, ਐਸੀ ਸਾਂਝ ਪਾਈਏ ਕਿ ਸਾਨੂੰ ਗੁਰੂ ਦੀਆਂ ਬਖਸ਼ਾਂ ਹਰ ਵਕਤ ਮਿਲਦੀਆਂ ਜਾਣ। ਸਾਚੇ ਸਾਹਿਬ ਸਿਉਂ ਮਨ ਮਾਨਿਆ, ਜਦੋਂ ਗੁਰੂ ਦੇ ਨਾਲ ਸਾਡਾ ਮਨ ਰਲ ਗਿਆ, ਮਨ ਮਿਲ ਗਿਆ, ਦਾਤਾ ਤੇਰੇ ਤੋਂ ਬਿਨਾਂ ਕੁਛ ਵੀ ਨਹੀਂ ਆ, ਕੁਛ ਵੀ ਨਹੀਂ ਆ। ਇੱਕ ਯਤੀਮ ਬੱਚੇ ਤਰ੍ਹਾਂ ਫਿਰਾਂਗੇ ਜੇ ਤੇਰੇ ਨਾਲ ਟੁੱਟ ਗਏ ਤਾਂ, ਇੱਕ ਔਰਫਨ ਬਣ ਕੇ ਅਸੀਂ ਘੁੰਮਾਂਗੇ ਜਗ ਸੰਸਾਰ ਵਿੱਚ ਜੇ ਤੇਰੇ ਨਾਲੋਂ ਸਾਡਾ ਪਿਆਰ ਟੁੱਟ ਗਿਆ ਤਾਂ, ਕੁਛ ਵੀ ਨਹੀਂ ਆ ਤੇਰੇ ਤੋਂ ਬਿਨਾਂ। ਤੇ ਫਿਰ ਗੁਰੂ ਕਿਰਪਾ ਕਰਦਾ ਹੈ ਉਸ ਸੱਜਣ ਨੂੰ, ਹਰ ਪਾਸੇ ਉਹਦਾ ਨੂਰ, ਉਹਦੀ ਬਖਸ਼ਿਸ਼ ਨਜ਼ਰ ਆਉਂਦੀ ਹੈ। ਹਰ ਸਰਬ ਨਿਰੰਤਰ ਜਾਣੇ ਆ, ਮਾਈ ਮਾਈਂਡ ਇਜ ਪਲੀਜ਼ਡ ਵਿਦ ਦਾ ਟਰੂ ਗੁਰੂ, ਵਿਦ ਦਾ ਟਰੂ ਮਾਸਟਰ, ਵਿਦ ਦਾ ਆਲ ਮਾਈਟੀ। ਆਈ ਨੋ ਦਾ ਲਾਰਡ ਟੂ ਬੀ ਪਰਵੇਡਿੰਗ ਮੀ ਐਂਡ ਪਰਵੇਡਿੰਗ ਟੂ ਆਲ। ਹਰ ਸਰਬ ਨਿਰੰਤਰ ਜਾਣੇ ਆ। ਤੇ ਫਿਰ ਸਾਹਿਬ ਜੀ ਕਹਿੰਦੇ ਨੇ ਜਦੋਂ ਗੁਰੂ ਦੇ ਨਾਲ ਸਾਡਾ ਪਿਆਰ ਬਣ ਗਿਆ ਨਾ, ਸਾਚੇ ਸਾਹਿਬ ਸਿਉਂ ਮਨ ਮਾਨੇ ਆ, ਜਦੋਂ ਮਨ ਮਿਲ ਗਿਆ ਤੇ ਗੁਰੂ ਫਿਰ ਬਖਸ਼ਿਸ਼ ਕਰ ਦਿੰਦਾ ਹੈ ਸਿੱਖ ਦੇ ਉੱਤੇ, ਆਪਣੇ ਸੇਵਕ ਦੇ ਉੱਤੇ, ਆਪਣੇ ਦਾਸਰੇ ਦੇ ਉੱਤੇ। ਹਜ਼ੂਰ ਕਹਿੰਦੇ ਨੇ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਬੰਦੇ ਨੂੰ ਦੋ ਤਰ੍ਹਾਂ ਦੀ ਚਿੰਤਾ ਤੇ ਦੋ ਤਰ੍ਹਾਂ ਦੀ ਸੋਚ ਹੀ ਜਾਂ ਅੱਗੇ ਲੈ ਜਾਂਦੀ ਹੈ ਤੇ ਜਾਂ ਪਿੱਛੇ ਕਰ ਦਿੰਦੀ ਹੈ। ਬੀਤ ਚੁੱਕੇ ਭਵਿਸ਼ ਦਾ ਉਹਦੀ ਚਿੰਤਾ, ਕੱਲ ਦੀ ਚਿੰਤਾ ਤੇ ਆਉਣ ਵਾਲੇ ਕੱਲ ਦੀ ਫਿਰ ਚਿੰਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਇੰਗਲਿਸ਼ ਦੇ ਵਿੱਚ ਇੱਕ ਬਹੁਤ ਸੋਹਣਾ ਸੈਂਟੈਂਸ ਆਉਂਦਾ ਹੈ, ਕਹਿੰਦੇ ਨੇ ਲਰਨ ਫਰੋਮ ਦਾ ਪਾਸਟ, ਥਿੰਕ ਅਬਾਊਟ ਦਾ ਫਿਊਚਰ, ਬਟ ਲਿਵ ਇਨ ਪ੍ਰੈਜੈਂਟ। ਬੀਤ ਚੁੱਕੇ ਕੱਲ ਤੋਂ ਕੁਝ ਸਿੱਖੀਏ, ਆਉਣ ਵਾਲੇ ਕੱਲ ਦੀ, ਫਿਊਚਰ ਦੀ ਸੋਚ ਕਰੀਏ, ਕੱਲ ਨੂੰ ਕੀ ਕਰਨਾ ਹੈ। ਪਰ ਜਿਹੜਾ ਵਕਤ, ਜਿਸ ਵਕਤ ਵਿੱਚ ਜਿਉਂ ਰਹੇ ਆ, ਚੱਲ ਰਹੇ ਆ,
ਉਹਦੇ ਵਿੱਚ ਵੀ ਸਥਿਰ ਰਹਿਣਾ ਹੈ, ਅਟਲ ਰਹਿਣਾ ਹੈ, ਪੱਕੇ ਰਹਿਣਾ ਹੈ, ਅਡੋਲ ਰਹਿਣਾ ਹੈ, ਡੋਲਣਾ ਨਹੀਂ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ। ਪੀਸ ਇਨ ਦਿਸ ਵਰਲਡ ਓ ਮਾਈ ਫਰੈਂਡਸ, ਪੀਸ ਇਨ ਦਿਸ ਲਾਈਫ ਇਨ ਦਿਸ ਟਾਈਮ ਐਂਡ ਬਲਿਸ ਇਨ ਦਾ ਵਰਲਡ ਹੇਅਰ ਆਫਟਰ, ਗੋਡ ਹੈਜ ਗਿਵਨ ਮੀ ਦਿਸ ਬਲਿਸਫੁਲ ਗਿਫਟ। ਪਰਮੇਸ਼ਰ ਬਣਤ ਬਣਾਈ ਦਾ ਟ੍ਰਾਂਸੈਂਡੈਂਟ ਲਾਰਡ ਹੈਜ ਅਰੇਂਜਡ ਦੀਜ ਅਰੇਂਜਮੈਂਟਸ, ਆਈ ਸ਼ੈਲ ਨੈਵਰ ਵੇਵਰ ਅਗੇਨ, ਦੌਲਤ ਕਤ ਹੋ ਨਾਹੀ। ਲਰਨ ਫਰੋਮ ਦਾ ਪਾਸਟ, ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਗੁਰੂ ਬਖਸ਼ਿਸ਼ ਕਰਦਾ ਹੈ, ਬੀਤ ਚੁੱਕੇ ਕੱਲ ਨੂੰ ਵੀ ਸਵਾਰ ਦਿੰਦਾ ਹੈ ਤੇ ਗੁਰੂ ਕਿਰਪਾ ਕਰਦੇ ਨੇ ਆਉਣ ਵਾਲੇ ਕੱਲ ਯਾਨੀ ਫਿਊਚਰ ਨੂੰ ਵੀ ਉਹ ਸਤਿਗੁਰੂ ਸਫਲ ਕਰਦੇ ਨੇ ਜਦੋਂ ਸਾਚੇ ਸਾਹਿਬ ਸਿਉਂ ਮਨ ਮਾਨਿਆ ਹੋ ਜਾਏ, ਮਨ ਮਿਲ ਜਾਏ। ਬੀਤ ਚੁੱਕੇ ਕੱਲ ਦੀ ਚਿੰਤਾ ਸਤਾਉਂਦੀ ਹੈ, ਆਉਣ ਵਾਲੇ ਕੱਲ ਦੀ ਚਿੰਤਾ ਸਤਾਉਂਦੀ ਹੈ। ਸਤਿਗੁਰੂ ਕਹਿੰਦੇ ਨੇ ਜੋ ਕੱਲ ਬੀਤਿਆ ਨਾ ਉਹਨੂੰ ਕਾਊਂਟ ਕਰ, ਲਰਨ ਫਰੋਮ ਦਾ ਪਾਸਟ, ਉਹਨੂੰ ਗਿਣ, ਉਹਨੂੰ ਦੇਖ ਕੀ ਹੋਇਆ ਸੀ। ਜੇ ਕੱਲ ਬੁਰਾ ਕੀਤਾ ਹੈ, ਲਰਨ ਫਰੋਮ ਦਾ ਪਾਸਟ, ਥਿੰਕ ਅਬਾਊਟ ਦਾ ਫਿਊਚਰ, ਫਿਰ ਇਹ ਪ੍ਰਣ ਕਰੀਏ ਮੇਰੇ ਹੱਥਾਂ ਤੋਂ ਆਹ ਬੁਰਾ ਜੋ ਕੱਲ ਹੋਇਆ ਨਾ ਕੱਲ ਨੂੰ ਨਾ ਹੋਵੇ, ਅਗਾਂਹ ਨਾ ਹੋਵੇ। ਲਰਨ ਫਰੋਮ ਦਾ ਪਾਸਟ, ਜੇ ਕੱਲ ਚੰਗਾ ਕੀਤਾ ਹੈ, ਬਹੁਤ ਚੰਗਾ ਕੀਤਾ ਹੈ, ਮਨ ਖੁਸ਼ ਹੋਇਆ ਹੈ, ਤੇ ਫਿਰ ਵੀ ਲਰਨ ਫਰੋਮ ਦਾ ਪਾਸਟ, ਕੱਲ ਨੂੰ ਵੀ ਚੰਗਾ ਕਰੀਏ, ਕਿਸੇ ਦਾ ਭਲਾ ਕਰੀਏ, ਮੇਰੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ, ਮੇਰੀ ਸੋਚ ਨਾਲ ਕਿਸੇ ਦਾ ਬੁਰਾ ਨਾ ਹੋਵੇ। ਜੇ ਕੱਲ ਚੰਗੀ ਕੀਤੀ ਹੈ, ਚੰਗਾ ਕੰਮ ਕੀਤਾ ਹੈ, ਤੇ ਉਹ ਅਗਾਂਹ ਵੀ ਕਰੀਏ, ਥਿੰਕ ਅਬਾਊਟ ਦਾ ਫਿਊਚਰ, ਉਹਨੂੰ ਫਿਰ ਚੰਗਾ ਕਰੀਏ। ਤੇ ਜੇ ਕੱਲ ਬੁਰਾ ਹੋਇਆ ਹੈ, ਉਹਦੇ ਤੋਂ ਇੱਕ ਲੈਸਨ ਲਈਏ, ਸਬਕ ਸਿੱਖੀਏ ਕਿ ਇਹ ਕੱਲ ਜੋ ਮੇਰੇ ਤੋਂ ਹੋਇਆ, ਸਤਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਅਗਾਂਹ ਨਾ ਇਹ ਗਲਤੀ ਕਰਾਂ, ਮੇਰੀ ਜ਼ਿੰਦਗੀ ਤੋਂ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ, ਮੇਰੇ ਦਿਲ ਤੋਂ ਕਿਸੇ ਦਾ ਦਿਲ ਦੁਖੇ ਨਾ, ਮੇਰੇ ਵਿਚਾਰਾਂ ਤੋਂ, ਮੇਰੀ ਸੋਚ ਤੋਂ, ਮੇਰੇ ਕੀਤੇ ਕਰਮਾਂ ਤੋਂ ਕਿਸੇ ਦਾ ਭਲਾ ਕਰ ਸਕਾਂ, ਬੁਰਾ ਨਾ ਹੋਵੇ। ਤੇ ਸਾਹਿਬ ਜੀ ਕਹਿੰਦੇ ਨੇ ਪਾਛੇ ਆਨੰਦ ਪ੍ਰਭ ਕੀਤਾ, ਤੇ ਜੇ ਕੱਲ ਕੀਤੇ ਦਾ ਪਛਤਾਵਾ ਕੀਤਾ ਹੈ, ਤੇ ਗੁਰੂ ਉਹਦੇ ਵਿੱਚੋਂ ਵੀ ਇੱਕ ਐਸੀ ਬਖਸ਼ਿਸ਼ ਕਰਦੇ ਨੇ, ਤੁਹਾਨੂੰ ਉਹਦੇ ਵਿੱਚੋਂ ਵੀ ਆਨੰਦ ਮਿਲੇਗਾ, ਚਿੰਤਾ ਨਹੀਂ, ਚਿੰਤਾ ਖਤਮ ਹੋ ਜਾਂਦੀ ਹੈ। ਚੰਗਾ ਕੀਤਾ ਹੈ, ਉਹਦੇ ਵਿੱਚ ਬਰਕਤ ਪੈ ਜਾਂਦੀ ਹੈ, ਹੋਰ ਬਰਕਤ ਪੈਂਦੀ ਹੈ, ਖੁਸ਼ੀ ਹੁੰਦੀ ਹੈ ਜੀ, ਕੱਲ ਮੈਂ ਆਹ ਭਲਾ ਕੀਤਾ ਸੀ, ਕੱਲ ਮੈਂ ਆਹ ਚੰਗਾ ਕਰਮ ਕੀਤਾ ਸੀ, ਕੱਲ ਮੈਂ ਗੁਰੂ ਦਰ ਦੀ ਸੇਵਾ ਕੀਤੀ ਹੈ, ਕੱਲ ਮੈਂ ਨਿਤਨੇਮ ਕੀਤਾ, ਕੱਲ ਮੈਂ ਬਾਣੀ ਪੜ੍ਹੀ ਹੈ, ਕੱਲ ਮੈਨੂੰ ਬਹੁਤ ਆਨੰਦ ਆਇਆ, ਤੇ ਫਿਰ ਕਿਸੇ ਨੂੰ ਅਗਾਂਹ ਲੈ ਕੇ ਚੱਲੀਏ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ, ਤੇ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਅਗਲੀ ਪੰਕਤੀ ਵਿੱਚ ਸਾਹਿਬ ਜੀ ਕਹਿੰਦੇ ਨੇ ਸਭ ਜੀ ਤੇਰੇ ਦਯਾਲਾ ਆਪਣੇ ਭਗਤ ਕਰੇ ਪ੍ਰਤਪਾਲਾ, ਸਭ ਜੀ ਤੇਰੇ ਦਯਾਲਾ। ਬਹੁਤ ਵੱਡੀ ਸੋਚ ਹੈ ਜਿਸ ਮਨੁੱਖ ਦੇ ਅੰਦਰ ਇਹ ਸੋਚ ਆ ਗਈ ਕਿ ਇਹ ਸਾਰੇ ਦਾਤਾ ਤੇਰਾ ਪਰਿਵਾਰ ਹੈ, ਇਹ ਸਾਰੇ ਤੇਰੇ ਪਰਿਵਾਰ ਦੇ ਮੈਂਬਰ ਨੇ, ਤੇ ਅਸੀਂ ਤੇ ਆਪਣੇ ਪਰਿਵਾਰ ਦਾ ਹੀ ਸੋਚਦੇ ਹਾਂ ਨਾ, ਹਰ ਬੰਦਾ ਇਹ ਮੇਰਾ ਹੈ, ਇਹ ਮੇਰਾ ਹੈ, ਦੂਸਰੇ ਦਾ ਕੌਣ ਕਰਦਾ ਹੈ। ਹਾਂ, ਗੁਰੂ ਉਦੋਂ ਖੁਸ਼ ਹੁੰਦਾ ਹੈ ਜਦੋਂ ਅਸੀਂ ਇਹ ਕਹੀਏ ਇਹ ਵੀ ਤੇਰਾ ਪਰਿਵਾਰ ਹੈ, ਮੈਂ ਵੀ ਤੇਰਾ ਪਰਿਵਾਰ ਹਾਂ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਅਸੀਂ ਸਾਰੇ ਤੇਰੇ ਬੱਚੇ ਹਾਂ। ਆਪਣਾ ਬੱਚਾ ਬਿਮਾਰ ਹੁੰਦਾ ਹੈ, ਆਪਾਂ ਕਲਪਦੇ ਹਾਂ ਕਿੰਨੇ ਪਰੇਸ਼ਾਨ ਹੁੰਦੇ ਹਾਂ, ਕਦੇ ਦੂਸਰੇ ਦਾ ਬੱਚਾ ਬਿਮਾਰ ਹੋਵੇ ਉਹਦੇ ਦੁੱਖ ਵਿੱਚ ਵੀ ਖੜੋ, ਤੇ ਤਾਂ ਪਤਾ ਲੱਗਦਾ ਵੀ ਹਾਂ ਸਭ ਜੀ ਤੇਰੇ ਦਯਾਲਾ। ਕਿਸੇ ਦੇ ਦੁੱਖ ਨੂੰ ਵੀ ਆਪਣਾ ਦੁੱਖ ਮੰਨਣਾ,
ਇਹ ਅਸਲੀ ਸੋਚ ਹੈ, ਇਹ ਉੱਚੀ ਸੁੱਚੀ ਸੋਚ ਹੈ। ਸਭ ਜੀ ਤੇਰੇ ਦਇਆਲਾ, ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ, ਜਦੋਂ ਦੂਸਰੇ ਦੇ ਬੱਚੇ ਨੂੰ ਪਿਆਰ ਕਰਾਂਗੇ ਤੇ ਫਿਰ ਉਹ ਸੋਚ ਆਉਂਦੀ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤ ਪਾਲਾ। ਹੇ ਮੇਰੇ ਮਾਲਕ, ਆਲ ਬੀਂਗਸ ਆਰ ਯੂਅਰਸ ਓ ਮਰਸੀਫੁਲ ਲਾਰਡ, ਯੂ ਚੈਰਿਸ਼ ਯੂਅਰ ਡਿਵੋਟੀਜ਼। ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ, ਆਪਣੇ ਇਹਨਾਂ ਬੱਚਿਆਂ ਦੀ ਤੂੰ ਪ੍ਰਤਪਾਲਣਾ ਕਰਦਾ ਹੈ, ਇਹ ਤੇਰੀ ਬੜੀ ਵੱਡੀ ਵਡਿਆਈ ਹੈ, ਇਹ ਤੇਰਾ ਬੜਾ ਵੱਡਾ ਪਰ ਉਪਕਾਰ ਹੈ। ਅਚਰਜ ਤੇਰੀ ਵਡਿਆਈ, ਯੂਅਰ ਗਲੋਰੀਅਸ ਗ੍ਰੇਟਨੈਸ ਇਜ਼ ਵੰਡਰਫੁਲ ਐਂਡ ਮਾਰਵਲਸ। ਤੇਰੀ ਇਹੋ ਜਿਹੀ ਵਡਿਆਈ ਹੈ, ਇੱਕ ਜੀ ਕਛ ਕਹੀ ਨਾ ਜਾਏ, ਇੱਕ ਜ਼ਬਾਨ ਨਾਲ ਇਹਨਾਂ ਸ਼ਬਦਾਂ ਦੇ ਵਿੱਚ ਤੇਰੀ ਵਡਿਆਈ, ਤੇਰੀ ਬਖਸ਼ਿਸ਼ ਜੋ ਹੈ ਇਹ ਦੱਸੀ ਨਹੀਂ ਜਾ ਸਕਦੀ। ਬਸ ਇੱਕੋ ਹੀ ਗੱਲ ਹੈ, ਨਿਤ ਨਾਨਕ ਨਾਮ ਧਿਆਈ, ਤੇ ਹਰ ਵਕਤ ਅਸੀਂ ਤੈਨੂੰ ਯਾਦ ਰੱਖੀਏ, ਨਿਤ ਹਰ ਰੋਜ਼ ਨਾਨਕ ਨਾਮ ਧਿਆਈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਤੈਨੂੰ ਯਾਦ ਰੱਖੀਏ, ਤੇਰੇ ਨਾਮ ਨਾਲ ਜੁੜੀਏ, ਤੇਰੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ, ਇਹ ਸਾਡੇ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰੋ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਉਸ ਮਾਲਕ ਨੇ ਸਾਨੂੰ ਕੈਸੀ ਬਖਸ਼ਿਸ਼ ਕੀਤੀ ਹੈ, ਦੀਨੇ ਹਸਤ, ਹਸਤ ਕਹਿੰਦੇ ਨੇ ਹੱਥਾਂ ਨੂੰ, ਪਾਂਵ ਪੈਰ, ਕਰਨ ਕੰਨ, ਰਸਨਾ ਜ਼ੁਬਾਨ। ਸੁਖਮਨੀ ਸਾਹਿਬ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਦੀਨੇ ਹਸਤ ਪਾਂਵ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਅਵਰ ਸੰਗ ਰਚਨਾ। ਜਿਹਨਾਂ ਹੱਥਾਂ ਦੇ ਨਾਲ ਕੁਛ ਕਰ ਰਹੇ ਹਾਂ, ਪੈਰਾਂ ਨਾਲ ਚੱਲ ਰਹੇ ਹਾਂ, ਜ਼ਬਾਨ ਨਾਲ ਬੋਲ ਰਹੇ ਹਾਂ, ਅੱਖਾਂ ਨਾਲ ਦੁਨੀਆਦਾਰੀ ਨੂੰ ਦੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਤੇ ਜਿਸ ਮਾਲਕ ਨੇ ਇਹ ਸੋਹਣੇ ਅੰਗ ਦਿੱਤੇ ਨੇ, ਫਿਰ ਜੇ ਉਹਨੂੰ ਯਾਦ ਨਾ ਕੀਤਾ ਤੇ ਕਿਤਨੀ ਵੱਡੀ ਸਾਡੇ ਸਿਰ ਉੱਤੇ ਇਹ ਗੁਨਾਹਾਂ ਦੀ ਪੰਡ ਹੈ, ਇਹ ਭੁੱਲਾਂ ਨੇ, ਇਹ ਔਗਣ ਨੇ, ਇਹ ਪਾਪ ਨੇ। ਤੇ ਇਸ ਮਾਲਕ ਦਾ ਫਿਰ ਸ਼ੁਕਰ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਦੇ ਨਾਲ ਜੁੜੇ ਰਹੀਏ, ਤੇਰੇ ਸ਼ਬਦ ਨਾਲ ਜੁੜੀਏ, ਤੇਰੀ ਬਾਣੀ ਦੇ ਨਾਲ ਜੁੜੀਏ, ਤੇਰੀ ਸੰਗਤ ਵਿੱਚ ਬੈਠੀਏ, ਤੇਰੀ ਗੋਦ ਵਿੱਚ ਬੈਠੀਏ। ਇਹ ਸਾਡੇ ਉੱਤੇ ਕਿਰਪਾ ਕਰ ਸਾਚੇ ਸਾਹਿਬ, ਸਿਉਂ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਸਾਡਾ ਮਨ ਤੇਰੇ ਚਰਨਾਂ ਨਾਲ, ਤੇਰੀ ਹਜ਼ੂਰੀ ਨਾਲ, ਤੇਰੀ ਬਖਸ਼ਿਸ਼ ਦੇ ਨਾਲ ਜੁੜਿਆ ਰਹੇ, ਤੇ ਇਹਦੇ ਵਿੱਚ ਫਿਰ ਬਰਕਤਾਂ ਪੈਂਦੀਆਂ ਨੇ। ਗੁਰੂ ਪਾਸੋਂ ਮੰਗੀਏ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਤੇ ਗੁਰੂ ਅੱਗੇ ਅਰਦਾਸ ਕਰੀਏ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ, ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।